ਅੱਜ ਬੜਾ ਇੱਕ ਸ਼ੋਕਮਈ ਦਿਨ ਸੀਗਾ ਔਰ ਸਾਰੀ ਸੰਗਤ ਜਿਹੜੀ ਅੱਜ ਸਾਡੇ ਮਹਿਰੂਮ ਸਾਥੀ ਜਿਹੜੇ ਸਾਡੇ ਕੌਂਸਲਰ ਸੀ ਭਲਵਾਨ ਗੁਰਦੀਪ ਜੀ, ਅੱਜ ਉਹਨਾਂ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਬੜੇ ਸਾਰੇ ਦੁਖੀ ਮਨਾਂ ਦੇ ਨਾਲ। ਔਰ ਇੱਕ ਬਹੁਤ ਹੀ ਯੋਧਾ, ਇੱਕ ਜਿਉਂਦੀ ਜਾਗਦੀ ਜ਼ਮੀਰ ਵਾਲਾ ਇਨਸਾਨ ਸੀਗਾ ਔਰ ਉਸਨੂੰ ਕੁਛ ਘਟੀਆ ਗੈਰ ਸਮਾਜਿਕ ਅੰਸਰਾਂ ਨੇ ਜਿਸ ਤਰੀਕੇ ਦੇ ਨਾਲ ਉਸਦਾ ਮਰਡਰ ਕੀਤਾ ਹੈ, ਇੱਕ ਬਹੁਤ ਹੀ ਘਿਨਾਉਣਾ ਮੈਂ ਕਹਾਂਗਾ ਕਿ ਇੱਕ ਕਾਂਡ ਹੈ। ਔਰ ਅੱਜ ਸਾਰਾ ਹੀ ਸ਼ਹਿਰ ਉਹਨਾਂ ਦੇ ਪਿਆਰ 'ਚ, ਉਹਨਾਂ ਦੇ ਸਤਿਕਾਰ 'ਚ, ਗੁਰਦੀਪ ਜੀ ਜੇ ਅੱਜ ਇੱਥੇ ਉਹਨਾਂ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਇਆ ਔਰ ਅਸੀਂ ਨਗਰ ਨਿਗਮ ਵੱਲੋਂ ਬਤੌਰ ਮੇਅਰ ਅੱਜ ਉੱਥੇ ਉਹਨਾਂ ਦੇ ਪਰਿਵਾਰ ਨੂੰ ਇੱਕ ਜਿਹੜੀ ਨੌਕਰੀ ਆ ਉਹ ਅਨਾਊਂਸ ਕੀਤੀ ਆ ਔਰ ਉਹਨਾਂ ਦੀ ਬੇਟੀ ਵਾਸਤੇ ਜਿਹੜਾ ਅਸੀਂ ਹਾਊਸ ਦੀ ਮੀਟਿੰਗ ਦੇ ਵਿੱਚ ਜਿਹੜੀ ਸਾਡੀ 2 ਦਿਨ ਪਹਿਲਾਂ ਹੋਈ ਸੀ ਉਹਦੇ ਵਿੱਚ ਮਤਾ ਪਾਸ ਕਰ ਦਿੱਤਾ। ਦੋਸ਼ੀਆਂ ਨੂੰ ਤਾਂ ਸਖ਼ਤ ਤੋਂ ਸਖ਼ਤ ਜਿਹੜੀ ਕਾਰਵਾਈ ਉਹਨਾਂ 'ਤੇ ਹੋਏਗੀ ਔਰ ਦੋਸ਼ੀ ਹਰ ਕੀਮਤ 'ਤੇ ਫੜੇ ਜਾਣਗੇ ਔਰ ਉਹ ਸਾਡੇ ਮੁੱਖ ਮੰਤਰੀ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਨੇ, ਡੀ ਜੀ ਪੀ ਸਾਹਿਬ ਔਰ ਸਾਰੀ ਪੁਲਿਸ ਫੋਰਸ ਦੀਆਂ ਡਿਊਟੀਆਂ ਲਾਈਆਂ, ਉਹ ਕਿਸੇ ਵੀ ਹਾਲਤ 'ਚ ਬਖਸ਼ੇ ਨਹੀਂ ਜਾਣ। ਹਾਂਜੀ, ਅੱਜ ਉਹਦਾ ਅੰਤਿਮ ਅਰਦਾਸ ਸੀ ਗੁਰਦੀਪ ਪਹਿਲਵਾਨ ਜੀ ਦੀ। ਮੈਂ ਸਮਝਦਾ ਉਹਦੇ ਜਾਣ ਨਾਲ ਬਹੁਤ ਵੱਡੀ ਘਾਟ ਹੋਈ ਆ, ਪਰਿਵਾਰ ਨੂੰ ਤਾਂ ਹੋਈ ਹੋਈ ਆ, ਸਮਾਜ ਨੂੰ ਵੀ ਹੋਈ ਆ, ਬੜਾ ਲੋਕਾਂ ਦਾ ਪਿਆਰ ਸੀ ਉਹਦੇ ਨਾਲ। ਸੋ ਸਾਨੂੰ ਕਾਂਗਰਸ ਪਾਰਟੀ ਨੂੰ ਉਹਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ, ਨਾ ਵਾਲਾ ਇਹ ਪੂਰਾ ਘਾਟਾ। ਸੋ ਮੈਂ ਅੱਜ ਵੀ ਕਿਹਾ, ਉੱਥੇ ਸਟੇਜ 'ਤੇ ਵੀ ਕਿਹਾ, ਬੋਲਦਿਆਂ ਵੀ ਕਿਹਾ ਕਿ ਜਿੰਨੀ ਉਹਦੀ ਦੇਣ ਸੀ ਜਾਂ ਜੋ ਉਹਦੇ ਕੰਮ ਸੀ ਉਹ ਭੁਲਾਏ ਨਹੀਂ ਜਾ ਸਕਦੇ। ਸੋ ਅੱਜ ਐਡਾ ਵੱਡਾ ਇਕੱਠ, ਮੈਂ ਸਮਝਦਾ ਵੀ ਐਡਾ ਵੱਡਾ ਇਕੱਠ ਉਹਦਾ ਹੀ ਹੁੰਦਾ ਜਿਹਦਾ ਲੋਕਾਂ ਦਾ ਪਿਆਰ ਹੋਵੇ। ਕਿੰਨਾ ਇਕੱਠ ਸੀ ਲੋਕਾਂ ਦਾ, ਜਿੱਦਣ ਉਹਦਾ ਸੰਸਕਾਰ ਸੀ ਉਸ ਦਿਨ ਵੀ ਉਹਦੇ ਜਨਾਜ਼ੇ ਨਾਲ ਸਾਰਾ ਸ਼ਹਿਰ ਹੀ ਉਮੜਿਆ ਸੀ ਉਸ ਦਿਨ ਵੀ। ਸੋ ਬੜਾ ਚੰਗਾ ਬੰਦਾ ਸੀ, ਲੋਕਾਂ ਦਾ ਪਿਆਰ ਕਰਨ ਵਾਲਾ ਬੰਦਾ ਸੀ। ਉਹਦੇ ਜਾਣ ਨਾਲ ਸਾਨੂੰ ਬਹੁਤ ਵੱਡੀ ਘਾਟ ਮਹਿਸੂਸ ਹੋਈ, ਅੱਜ ਸਾਰਿਆਂ ਨੇ ਅਸੀਂ ਉਹਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।